ਪੰਜਾਬ ਤੇ ਦੇਸ਼ ਦੁਨੀਆਂ ਦੀਆਂ ਖਬਰਾਂ ਦੇ ਨਾਲ ਸੰਬੰਧ ਰੱਖਣ ਵਾਲੇ ਸਾਡੇ ਸਾਰੇ ਹੀ ਪਰਿਵਾਰਕ ਮੈਂਬਰਾਂ ਨੂੰ ਪਿਆਰ ਭਰੀ ਤਾਂ ਨਿੱਘੀ ਸਤਿ ਸ੍ਰੀ ਅਕਾਲ। ਬਹੁਤ ਸਾਰੀਆਂ ਪੰਜਾਬ ਦੇ ਨਾਲ ਤੇ ਭਾਰਤ ਦੇ ਵੱਖ ਵੱਖ ਹਿੱਸਿਆਂ ਨਾਲ ਸੰਬੰਧਿਤ ਖਬਰਾਂ ਇਹੋ ਜਿਹੀਆਂ ਨੇ ਜਿਹੜੀਆਂ ਸਭ ਦਾ ਧਿਆਨ ਆਪਣੇ ਵੱਲ ਖਿੱਚਦੀਆਂ ਤੇ ਸਭ ਤੋਂ ਪਹਿਲੀ ਵੱਡੀ ਖਬਰ ਇਹ ਆ ਕਿ ਇਸ ਵੇਲੇ ਵਾਇਨਾਡ ਖੇਤਰ ਦੇ ਵਿੱਚ 225 ਤੋਂ ਵੱਧ ਲੋਕਾਂ ਦੀ ਮੌਤ ਦੀ ਖਬਰ ਪ੍ਰਾਪਤ ਹੋਈ ਹੈ। 240 ਦੇ ਕਰੀਬ ਲੋਕ ਵਾਇਨਾਡ ਖੇਤਰ ਜੋ ਕਿ ਕੇਰਲ ਦੇ ਵਿੱਚ ਸਥਿਤ ਹੈ ਇੱਥੇ ਲੈਂਡ ਸਲਾਈਡਿੰਗ ਕਰਕੇ ਲਗਾਤਾਰ ਮੀਂਹ ਪੈਣ ਕਰਕੇ ਮੌਸਮ ਦੀ ਖਰਾਬੀ ਕਰਕੇ 240 ਤੋਂ ਵੱਧ ਲੋਕਾਂ ਦੀ ਹੁਣ ਤੱਕ ਮੌਤ ਹੋ ਚੁੱਕੀ ਹੈ। 130 ਦੇ ਕਰੀਬ ਲੋਕ ਲਾਪਤਾ ਨੇ। ਹਜ਼ਾਰਾਂ ਲੋਕਾਂ ਨੂੰ ਰੈਸਕਿਊ ਕੀਤਾ ਜਾ ਸਕਿਆ ਤੇ ਹੁਣ ਤੱਕ ਵੱਖ ਵੱਖ ਰਾਹਤ ਕੈਂਪਾਂ ਦੇ ਵਿੱਚ ਪਹੁੰਚਾਇਆ ਜਾ ਚੁੱਕਿਆ। ਇੱਥੇ ਵੀ ਦੱਸਣਾ ਬਣਦਾ ਹੈ ਕਿ ਪਿਛਲੇ ਕਈ ਦਿਨਾਂ ਤੋਂ ਵਾਇਨਾਡ ਖੇਤਰ ਦੇ ਵਿੱਚ ਇਹੋ ਜਿਹੀ ਸਥਿਤੀ ਪੈਦਾ ਹੋਈ ਹੈ ਕਿ ਮੌਤਾਂ ਦੀ ਗਿਣਤੀ ਦੇ ਵਿੱਚ ਲਗਾਤਾਰ ਵਾਧਾ ਹੋ ਰਿਹਾ। ਹਾਲਾਂਕਿ ਅਸੀਂ ਇਸ ਗੱਲ ਦੀ ਅਰਦਾਸ ਕਰਦੇ ਹਾਂ ਕਿ ਹੁਣ ਇਸ ਤੋਂ ਅੱਗੇ ਮੌਤਾਂ ਦਾ ਕੋਈ ਅੰਕੜਾ ਸਾਹਮਣੇ ਨਾ ਆਵੇ, ਪਰ ਜਿਸ ਤਰੀਕੇ ਦੇ ਨਾਲ ਗੰਭੀਰ ਲੋਕਾਂ ਦੀ ਜਾਣਕਾਰੀ ਮਿਲ ਰਹੀ ਹੈ ਤੇ ਜਿਸ ਤਰੀਕੇ ਦੇ ਨਾਲ ਵੱਡੀ ਗਿਣਤੀ ਦੇ ਵਿੱਚ ਲੋਕ ਹਾਲੇ ਤੱਕ ਲਾਪਤਾ ਨੇ, ਪਤਾ ਨਹੀਂ ਮੌਤਾਂ ਦੀ ਗਿਣਤੀ ਨੂੰ ਫੁੱਲ ਸਟਾਪ ਕਿਹੜੀ ਥਾਂ ਦੇ ਉੱਤੇ ਜਾ ਕੇ ਲੱਗੇਗਾ। ਪਰ ਇਸ ਮਸਲੇ ਦੇ ਉੱਤੇ ਵੀ ਹੁਣ ਭਾਰਤ ਦੇ ਕੁਝ ਰਾਜਨੀਤਿਕ ਲੋਕਾਂ ਦੇ ਵੱਲੋਂ ਆਪਣੇ ਸਿਆਸੀ ਬਾਣ ਛੱਡਣੇ ਸ਼ੁਰੂ ਕਰ ਦਿੱਤੇ ਗਏ ਨੇ। ਭਾਰਤ ਦੇ ਗ੍ਰਹਿ ਵਿਭਾਗ ਦੇ ਮੰਤਰੀ ਅਮਿਤ ਸ਼ਾਹ ਨੇ ਇਹ ਗੱਲ ਕਹੀ ਹੈ ਕਿ 2 ਹਫ਼ਤੇ ਪਹਿਲਾਂ ਅਸੀਂ ਕੇਰਲ ਦੀ ਸਰਕਾਰ ਨੂੰ ਸੂਚਿਤ ਕੀਤਾ ਸੀ ਕਿ ਮੌਸਮ ਦੇ ਵਿੱਚ ਖਰਾਬੀ ਆ ਸਕਦੀ ਹੈ। ਜੇਕਰ ਉਨ੍ਹਾਂ ਨੇ ਇਸ ਗੱਲ ਨੂੰ, ਇਸ ਸੂਚਨਾ ਨੂੰ ਗੰਭੀਰਤਾ ਨਾਲ ਲਿਆ ਹੁੰਦਾ ਤਾਂ ਫਿਰ ਅੱਜ ਵਾਲੇ ਹਾਲਾਤ ਨਹੀਂ ਸੀ ਪੈਦਾ ਹੋਣੇ। ਹਾਲਾਂਕਿ ਇਸ ਮਸਲੇ ਦੇ ਉੱਤੇ ਲੋਕਾਂ ਦੇ ਵੱਡੇ ਹਿੱਸੇ ਦਾ ਕਹਿਣਾ ਕਿ ਰਾਜਨੀਤੀ ਨਹੀਂ ਹੋਣੀ ਚਾਹੀਦੀ, ਲੋਕਾਂ ਦੀਆਂ ਲਾਸ਼ਾਂ ਦੇ ਉੱਤੇ ਰਾਜਨੀਤੀ ਕਰਨੀ ਬਹੁਤ ਮਾੜੀ ਗੱਲ ਹੈ, ਪਰ ਕਿਉਂਕਿ ਇਹ ਦੇਸ਼ ਦੀ ਰਾਜਨੀਤੀ ਹੈ, ਇੱਥੇ ਹਰ ਗੱਲ ਦੇ ਉੱਤੇ ਹਰ ਮੁੱਦੇ ਦੇ ਉੱਤੇ ਰਾਜਨੀਤੀ ਚੱਲਦੀ ਹੈ ਤੇ ਹੁਣ ਜਿੱਥੇ ਇੱਕ ਪਾਸੇ ਲੋਕਾਂ ਦੇ ਘਰਾਂ ਵਿੱਚ ਸੱਥਰ ਵਿਛੇ ਹੋਏ ਨੇ ਜਾਂ ਹੋਰ ਵਿਛਣ ਦੀ ਸੰਭਾਵਨਾ, ਉਸ ਥਾਂ ਦੇ ਉੱਤੇ ਇਸ ਤਰੀਕੇ ਨਾਲ ਰਾਜਨੀਤੀ ਕਰਨਾ ਆਮ ਲੋਕਾਂ ਨੂੰ ਚੰਗੀ ਨਾ ਲੱਗਣ ਵਾਲੀ ਗੱਲ ਹੈ। ਪਰ ਦੇਖਦੇ ਹਾਂ ਇਸ ਮਸਲੇ ਦੇ ਵਿੱਚ ਹੋਰ ਆਉਂਦੇ ਸਮੇਂ ਦੇ ਵਿੱਚ ਕਿਹੜੇ ਕਿਹੜੇ ਮੋੜ ਆਉਂਦੇ ਨੇ। ਲੰਘੇ ਕੱਲ ਪੰਜਾਬ ਦੇ ਵਿੱਚੋਂ ਇੱਕ ਬੜੀ ਮਹੱਤਵਪੂਰਨ ਜਾਣਕਾਰੀ ਸਾਹਮਣੇ ਆਈ ਕਿਉਂਕਿ ਸੁਖਦੇਵ ਸਿੰਘ ਢੀਂਡਸਾ ਜੋ ਕਿ ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਨੇ, ਉਨ੍ਹਾਂ ਨੇ ਇਹ ਗੱਲ ਕਹਿ ਦਿੱਤੀ ਹੈ ਕਿ ਅਸੀਂ ਸ਼੍ਰੋਮਣੀ ਅਕਾਲੀ ਦਲ ਦਾ ਜਨਰਲ ਇਜਲਾਸ ਬੁਲਾਵਾਂਗੇ, ਉਹਦੇ ਵਿੱਚ ਅਹੁਦੇਦਾਰਾਂ ਦੀ ਚੋਣ ਕਰਾਂਗੇ, ਉਹਦੇ ਵਿੱਚ ਨਵੇਂ ਪ੍ਰਧਾਨ ਦੀ ਵੀ ਚੋਣ ਕਰਾਂਗੇ। ਕੀ ਆਉਂਦੇ ਸਮੇਂ ਦੇ ਵਿੱਚ ਅਕਾਲੀ ਦਲ 2 ਹੋਣਗੇ ਤੇ 2 ਅੱਡੋ ਅੱਡ ਪ੍ਰਧਾਨ ਹੋਣਗੇ? ਕੀ ਜੋ ਬਗਾਵਤ ਕਰਨ ਵਾਲਿਆਂ ਦੇ ਵੱਲੋਂ ਪ੍ਰਧਾਨ ਚੁਣਿਆ ਜਾਵੇਗਾ ਉਹ ਅਸਲ ਪ੍ਰਧਾਨ ਹੋਵੇਗਾ, ਜਾਂ ਕੀ ਸੁਖਬੀਰ ਸਿੰਘ ਬਾਦਲ ਦੇ ਮੂਹਰੇ ਇਹਨਾਂ ਸਾਰਿਆਂ ਦੀ ਕੋਈ ਪੇਸ਼ ਨਹੀਂ ਚੱਲੇਗੀ? ਇਹ ਆਉਣ ਵਾਲੇ ਵਕਤ ਨੇ ਬਿਆਨ ਕਰਨਾ। ਪਰ ਇੱਥੇ ਵੀ ਦੱਸਣਾ ਬਣਦਾ ਹੈ ਕਿ ਲਗਾਤਾਰ ਅਕਾਲੀ ਦਲ ਦੇ ਵਿੱਚੋਂ ਬਗਾਵਤ ਕਰਨ ਵਾਲੇ ਲੋਕਾਂ ਦੇ ਵੱਲੋਂ ਆਪਣੇ ਤੇਵਰ ਤਿੱਖੇ ਕੀਤੇ ਜਾ ਰਹੇ ਆ ਤੇ ਸਭ ਤੋਂ ਵੱਡੀ ਤੇ ਮਹੱਤਵਪੂਰਨ ਜਾਣਕਾਰੀ ਇਹ ਪ੍ਰਾਪਤ ਹੋਈ ਹੈ ਕਿ ਜਦੋਂ ਹੁਣ 8 ਅਕਾਲੀ ਦਲ ਦੇ ਆਗੂਆਂ ਨੂੰ ਸ਼੍ਰੋਮਣੀ ਅਕਾਲੀ ਦਲ ਦੀ ਅਨੁਸ਼ਾਸਨੀ ਕਮੇਟੀ ਦੇ ਵੱਲੋਂ ਪਾਰਟੀ ਚੋਂ ਬਾਹਰ ਕੱਢਿਆ ਜਾ ਚੁੱਕਿਆ, ਜਿਨ੍ਹਾਂ ਵਿੱਚ ਬੀਬੀ ਜਗੀਰ ਕੌਰ, ਪ੍ਰੇਮ ਸਿੰਘ ਚੰਦੂ ਮਾਜਰਾ, ਪਰਮਿੰਦਰ ਸਿੰਘ ਢੀਂਡਸਾ, ਗੁਰਪ੍ਰਤਾਪ ਸਿੰਘ ਵਡਾਲਾ, ਚਰਨਜੀਤ ਸਿੰਘ ਬਰਾੜ, ਸਿਕੰਦਰ ਸਿੰਘ ਮਲੂਕਾ ਤੇ ਕਈ ਹੋਰ ਨਾਂ ਸ਼ਾਮਲ ਨੇ। ਇਸ ਮੁੱਦੇ ਦੇ ਉੱਤੇ ਬੋਲਦਿਆਂ ਬੀਬੀ ਜਗੀਰ ਕੌਰ ਦਾ ਇਹ ਕਹਿਣਾ ਕਿ ਸਾਨੂੰ ਪਾਰਟੀ ਦੇ ਵਿੱਚੋਂ ਕੱਢਣ ਦਾ ਕੋਈ ਅਧਿਕਾਰ ਹੀ ਨਹੀਂ ਕਿਉਂਕਿ ਅਸੀਂ ਤਾਂ ਪਾਰਟੀ ਦੀ ਮਜ਼ਬੂਤੀ ਵਾਸਤੇ ਆਪਣੀ ਰਾਏ ਰੱਖ ਰਹੇ ਹਾਂ। ਦੂਜੇ ਪਾਸੇ ਲੰਘੇ ਕੱਲ ਸੁਖਦੇਵ ਸਿੰਘ ਢੀਂਡਸਾ ਨੇ 2 ਟੋਕੇ ਗੱਲ ਕਹੀ ਹੈ। ਉਹ ਕਹਿੰਦੇ ਕਿ ਸੁਖਬੀਰ ਸਿੰਘ ਬਾਦਲ ਨੂੰ ਜਾਂ ਸ਼੍ਰੋਮਣੀ ਅਕਾਲੀ ਦਲ ਦੀ ਅਨੁਸ਼ਾਸਨੀ ਕਮੇਟੀ ਨੂੰ ਇਸ ਤਰੀਕੇ ਦਾ ਕੋਈ ਅਧਿਕਾਰ ਹੀ ਨਹੀਂ ਕਿ ਉਨ੍ਹਾਂ ਦੇ ਵੱਲੋਂ ਪਾਰਟੀ ਦੇ ਸੀਨੀਅਰ ਆਗੂਆਂ ਨੂੰ ਬਾਹਰ ਦਾ ਰਸਤਾ ਦਿਖਾਇਆ ਜਾਵੇ। ਉਹ ਇਸ ਫੈਸਲੇ ਨੂੰ ਮੁੱਢੋਂ ਰੱਦ ਕਰਦੇ ਨੇ। ਉਨ੍ਹਾਂ ਨੇ ਕਿਹਾ ਕਿ ਆਉਂਦੇ ਦਿਨਾਂ ਦੇ ਵਿੱਚ
ਸ਼੍ਰੋਮਣੀ ਅਕਾਲੀ ਦਲ ਦਾ ਇੱਕ ਜਨਰਲ ਇਜਲਾਸ ਬੁਲਾਇਆ ਜਾਵੇਗਾ। ਉਹਦੇ ਵਿੱਚ ਵੱਖ ਵੱਖ ਅਹੁਦੇਦਾਰਾਂ ਦੀ ਚੋਣ ਹੋਵੇਗੀ। ਮਤਲਬ ਇਹ ਕਿ ਸ਼੍ਰੋਮਣੀ ਅਕਾਲੀ ਦਲ ਦਾ ਇੱਕ ਨਵਾਂ ਪ੍ਰਧਾਨ ਨਿਯੁਕਤ ਕੀਤਾ ਜਾਵੇਗਾ। ਹੁਣ ਇਹ ਵਕਤ ਦੱਸੇਗਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਬਗਾਵਤ ਕਰਨ ਵਾਲੇ ਨੇਤਾਵਾਂ ਦੇ ਵੱਲੋਂ ਕਿਸ ਨੂੰ ਆਪਣਾ ਪ੍ਰਧਾਨ ਬਣਾਇਆ ਜਾਂਦਾ ਤੇ ਕੀ ਅਕਾਲੀ ਦਲ ਦੀ ਸਥਿਤੀ ਹੋਰ ਵੀ ਪਤਲੀ ਹੋ ਜਾਵੇਗੀ ਜਾਂ ਮਜ਼ਬੂਤੀ ਵੱਲ ਵਧੇਗੀ। ਇਹ ਸਵਾਲਾਂ ਦਾ ਸਵਾਲ ਹੈ ਕਿ ਸ਼੍ਰੋਮਣੀ ਅਕਾਲੀ ਦਲ ਦਾ ਭਵਿੱਖ ਕੀ ਹੈ, ਕਿਉਂਕਿ ਹਰ ਰੋਜ਼ ਕੁਝ ਨਾ ਕੁਝ ਇਹੋ ਜਿਹੀਆਂ ਖ਼ਬਰਾਂ ਆ ਰਹੀਆਂ ਨੇ ਜਿਹੜੀਆਂ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਤੋੜ ਕੇ ਰੱਖ ਜਾਂਦੀਆਂ ਨੇ। ਇੱਕ ਪਾਸੇ ਸੁਖਬੀਰ ਸਿੰਘ ਬਾਦਲ ਧੜਾ, ਦੂਜੇ ਪਾਸੇ ਬਾਗੀਆਂ ਦਾ ਧੜਾ, ਇਹਨਾਂ ਦੋਵਾਂ ਧੜਿਆਂ ਦੇ ਵਿੱਚੋਂ ਕਿਹੜਾ ਧੜਾ ਆਉਂਦੇ ਸਮੇਂ ਦੇ ਵਿੱਚ ਮਜ਼ਬੂਤ ਹੋਏਗਾ, ਤੇ ਜਿਸ ਤਰੀਕੇ ਦੇ ਨਾਲ ਠਿੰਗ ਮਠਿੰਗੀ ਵਾਲਾ ਮਾਹੌਲ ਬਣਿਆ ਪਿਆ, ਕੀ ਆਉਂਦੇ ਸਮੇਂ ਦੇ ਵਿੱਚ ਦੋਵਾਂ ਧੜਿਆਂ ਦੇ ਵਿੱਚੋਂ ਇੱਕ ਧੜੇ ਨੂੰ ਲੋਕ ਮੁਹੱਬਤ ਕਰਨਗੇ, ਪੰਥਕ ਵੋਟ ਵਾਪਸ ਪਾਰਟੀ ਵੱਲ ਆ ਸਕੇਗੀ ਜਾਂ ਫਿਰ ਨਹੀਂ, ਇਹ ਲੋਕਾਂ ਦਾ ਸਵਾਲ ਹੈ। ਲੋਕਾਂ ਦੇ ਮਨ ਵਿੱਚ 100 ਤਰ੍ਹਾਂ ਦੇ ਸਵਾਲ ਪੈਦਾ ਹੋ ਰਹੇ ਨੇ, ਜਿਨ੍ਹਾਂ ਬਾਰੇ ਸ਼੍ਰੋਮਣੀ ਅਕਾਲੀ ਦਲ ਦਾ ਕੋਈ ਵੀ ਸੀਨੀਅਰ ਨੇਤਾ ਸੰਤੁਸ਼ਟੀਜਨਕ ਉੱਤਰ ਦੇਣ ਤੋਂ ਹਾਲੇ ਤੱਕ ਬਚ ਰਿਹਾ। ਹਾਲਾਂਕਿ ਉਹਨਾਂ ਦੇ ਵੱਲੋਂ ਇੱਕ ਦੂਜੇ ਉੱਤੇ ਸ਼ਬਦ ਕਮਾਣ ਕੀਤੇ ਜਾ ਰਹੇ ਆ ਜਿਹੜੇ ਕਿ ਅਕਾਲੀ ਦਲ ਦੇ ਭਲੇ ਦੇ ਵਿੱਚ ਜਾਂਦੇ ਪ੍ਰਤੀਤ ਨਹੀਂ ਹੋ ਰਹੇ। ਉਸ ਤੋਂ ਅਗਲੀ ਜਾਣਕਾਰੀ ਇਹ ਹੈ ਕਿ ਫਰੀਦਕੋਟ ਤੋਂ ਮੈਂਬਰ ਪਾਰਲੀਮੈਂਟ ਸਰਬਜੀਤ ਸਿੰਘ ਖਾਲਸਾ ਦੇ ਵੱਲੋਂ ਲੰਘੇ ਕੱਲ ਇੱਕ ਵਾਰ ਫਿਰ ਗੱਲ ਦੁਹਰਾਈ ਗਈ ਹੈ। ਉਹਨਾਂ ਨੇ ਕਿਹਾ ਕਿ ਜਦੋਂ ਅੰਮ੍ਰਿਤਪਾਲ ਸਿੰਘ ਜੇਲ੍ਹ ਦੇ ਵਿੱਚੋਂ ਬਾਹਰ ਆ ਗਿਆ, ਜਦੋਂ ਅੰਮ੍ਰਿਤਪਾਲ ਸਿੰਘ ਨੂੰ ਰਿਹਾਈ ਮਿਲ ਗਈ, ਉਸ ਵੇਲੇ ਪੰਜਾਬ ਦੇ ਵਿੱਚ ਇੱਕ ਨਵੀਂ ਸਿਆਸੀ ਪਾਰਟੀ ਦਾ ਗਠਨ ਕੀਤਾ ਜਾਵੇਗਾ। ਉਹਨਾਂ ਨੇ ਕਿਹਾ ਜੀ ਕਿ ਇਸ ਵੇਲੇ ਅੰਮ੍ਰਿਤਪਾਲ ਸਿੰਘ ਦੀ ਰਿਹਾਈ ਦੀ ਉਡੀਕ ਕੀਤੀ ਜਾ ਰਹੀ ਹੈ ਤੇ ਉਹਨਾਂ ਦੇ ਬਾਹਰ ਆਉਣ ਸਾਰ ਇਸ ਉਡੀਕ ਦੀਆਂ ਘੜੀਆਂ ਖਤਮ ਹੋ ਜਾਣਗੀਆਂ ਤੇ ਪੰਜਾਬ ਦੇ ਵਿੱਚ ਇੱਕ ਨਵੀਂ ਪੰਥਕ ਪਾਰਟੀ ਦਾ ਗਠਨ ਕੀਤਾ ਜਾਵੇਗਾ। ਪਿਛਲੇ ਦਿਨੀ ਸਰਬਜੀਤ ਸਿੰਘ ਖਾਲਸਾ ਨੇ ਵੀ ਗੱਲ ਕਹੀ ਸੀ ਕਿ ਅੰਮ੍ਰਿਤਪਾਲ ਸਿੰਘ ਨੂੰ ਨਾਲ ਲੈ ਕੇ ਨਵੀਂ ਪਾਰਟੀ ਬਣਾਈ ਜਾਵੇਗੀ ਤੇ ਅਕਾਲੀ ਦਲ ਦੇ ਵਿੱਚ ਬਗਾਵਤ ਕਰਨ ਵਾਲੇ ਨੇਤਾਵਾਂ ਦੇ ਵੱਲੋਂ ਉਹਨਾਂ ਨਾਲ ਸੰਪਰਕ ਕੀਤਾ ਗਿਆ ਤੇ ਆਉਂਦੇ ਸਮੇਂ ਦੇ ਵਿੱਚ ਸਾਰੇ ਇਕੱਠੇ ਹੋ ਕੇ ਹਮਲਾ ਮਾਰਨਗੇ। ਇਹ ਵਕਤ ਦੱਸੇਗਾ ਕਿ ਅੰਮ੍ਰਿਤਪਾਲ ਸਿੰਘ ਜੇਲ੍ਹ ਵਿੱਚੋਂ ਬਾਹਰ ਕਦੋਂ ਆਉਂਦਾ, ਜੇ ਬਾਹਰ ਆਇਆ ਤੇ ਕੀ ਉਹ ਨਵੀਂ ਪਾਰਟੀ ਦੇ ਪੱਖ ਦੇ ਵਿੱਚ ਜਾਵੇਗਾ ਜਾਂ ਫਿਰ ਨਹੀਂ। ਪਰ ਦੂਜੀ ਮਹੱਤਵਪੂਰਨ ਜਾਣਕਾਰੀ ਇਹ ਹੈ ਕਿ ਕੀ ਸਰਬਜੀਤ ਸਿੰਘ ਖਾਲਸਾ ਫਰੀਦਕੋਟ ਦੇ ਲੋਕਾਂ ਨਾਲ ਕੀਤੇ ਹੋਏ ਵਾਅਦੇ ਪੂਰੇ ਕਰ ਸਕਣਗੇ, ਕੀ ਸਰਬਜੀਤ ਸਿੰਘ ਖਾਲਸਾ ਨਸ਼ਿਆਂ ਦੇ ਖਿਲਾਫ਼ ਮੁਹਿੰਮ ਉਲੀਕ ਸਕਣਗੇ, ਕੀ ਸਰਬਜੀਤ ਸਿੰਘ ਖਾਲਸਾ ਫਰੀਦਕੋਟ ਦੇ ਲੋਕ ਸਭਾ ਮੈਂਬਰ ਹੁੰਦਿਆਂ ਲੋਕਾਂ ਦੀ ਕਸਵੱਟੀ ਦੇ ਉੱਤੇ, ਲੋਕਾਂ ਦੀ ਆਸ ਦੇ ਉੱਤੇ ਖਰੇ ਉਤਰਨ ਚ ਸਮਰੱਥ ਹੋਣਗੇ, ਤੇ ਜੇਕਰ ਉਹ ਸਮਰੱਥ ਨਾ ਹੋਏ ਤਾਂ ਆਉਂਦੇ ਸਮੇਂ ਦੇ ਵਿੱਚ ਉਹਨਾਂ ਦੇ ਕਹੇ ਦੇ ਉੱਤੇ ਕਿਸੇ ਨੇ ਪਾਰਟੀ ਦੇ ਨਾਲ ਨਹੀਂ ਤੁਰਨਾ, ਉਹ ਭਾਵੇਂ ਕੋਈ ਵੀ ਪਾਰਟੀ ਬਣਾਉਣ। ਪਰ ਹਾਂ, ਜੇਕਰ ਉਹ ਲੋਕਾਂ ਦੀ ਕਸਵੱਟੀ ਦੇ ਉੱਤੇ ਖਰੇ ਉਤਰੇ ਤਾਂ ਫਿਰ ਲੋਕ ਇਹ ਗੱਲ ਕਹਿਣਗੇ ਕਿ ਜੇਕਰ ਇੱਕ ਆਜ਼ਾਦ ਵਿਅਕਤੀ ਜਿੱਤਣ ਤੋਂ ਬਾਅਦ ਇੰਨੇ ਸੋਹਣੇ ਕੰਮ ਕਰ ਸਕਦਾ ਤਾਂ ਫਿਰ ਇੱਕ ਨਵੀਂ ਪਾਰਟੀ ਦਾ ਗਠਨ ਹੋਣ ਤੋਂ ਬਾਅਦ ਜਦੋਂ ਸਾਰੇ ਇਕੱਠੇ ਹੋਣਗੇ ਤਾਂ ਫਿਰ ਉਸ ਤੋਂ ਬਾਅਦ ਵੱਡਾ ਹਮਲਾ ਮਾਰਨਾ ਕੁਦਰਤੀ ਹੈ। ਪਰ ਇੱਥੇ ਵੀ ਦੱਸਣਾ ਬਣਦਾ ਹੈ ਕਿ ਪਿਛਲੇ ਕੁਝ ਸਮੇਂ ਤੋਂ ਇਹ ਵੀ ਚਰਚਾਵਾਂ ਚੱਲ ਰਹੀਆਂ ਕਿ ਪੰਜਾਬ ਦੇ ਵਿੱਚ ਨਵੀਂ ਸਿਆਸੀ ਪਾਰਟੀ ਦਾ ਗਠਨ ਜੋ ਹੋਏਗਾ ਉਹਦੇ ਨਾਲ ਬੀਜੇਪੀ ਦੇ ਵੱਲੋਂ ਗੱਠਜੋੜ ਕੀਤਾ ਜਾ ਸਕਦਾ, ਤੇ ਜੇਕਰ ਇਹ ਸਭ ਕੁਝ ਹੋਇਆ ਤਾਂ ਇਹ ਸਵਾਲਾਂ ਦਾ ਸਵਾਲ ਹੈ ਕਿ ਕੀ ਪੰਜਾਬ ਦੇ ਲੋਕ ਇਹਨਾਂ ਲੋਕਾਂ ਦੇ ਉੱਤੇ ਜਿਹੜੇ ਕਿ ਆਧਾਰ ਜਿੱਤੇ ਨੇ ਜਾਂ ਕਿ ਵੱਖਰੀ ਪੰਜਾਬ ਦੀ ਵੱਖਰੀ ਗੱਲ ਕਰਦੇ ਆ ਤੇ ਕੀ ਉਹਨਾਂ ਨੂੰ ਲੋਕ ਮੁਹੱਬਤ ਕਰਨਗੇ ਜਾਂ ਫਿਰ ਇਹ ਗੱਲ ਆਈ ਗਈ ਹੋ ਜਾਵੇਗੀ। ਸੋ ਵਕਤ ਬਿਆਨ ਕਰੇਗਾ ਕਿ ਕਿਸ ਤਰੀਕੇ ਦੇ ਨਾਲ ਇਹ ਮਾਮਲਾ ਮੋੜ ਕੱਟਦਾ। ਪਰ ਇਹ ਵੀ ਜਾਣਕਾਰੀ ਪ੍ਰਾਪਤ ਹੋਈ ਹੈ ਕਿ ਲੰਘੇ ਕੱਲ ਪੰਜਾਬ ਦੀ ਸਰਕਾਰ ਨੂੰ ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਵੱਲੋਂ ਨੋਟਿਸ ਜਾਰੀ ਕੀਤਾ ਗਿਆ ਤੇ ਇਸ ਗੱਲ ਦਾ ਉੱਤਰ ਮੰਗਿਆ ਗਿਆ ਕਿ ਸਾਨੂੰ ਦੱਸਿਆ ਜਾਵੇ ਕਿ NSA ਦੇ ਮੁੱਦੇ ਦੇ ਉੱਤੇ ਕੀ ਹੋਇਆ, NSA ਕਿਉਂ ਲਾਗੂ ਹੋਈ ਤੇ ਇਸ ਮਸਲੇ ਦਾ ਆਉਂਦੇ ਸਮੇਂ ਵਿੱਚ ਤੁਸੀਂ ਕੀ ਹੱਲ ਕੱਢਦੇ ਹੋ। ਕੁਝ ਹਫ਼ਤਿਆਂ ਬਾਅਦ ਇਸ ਗੱਲ ਦਾ, ਇਸ ਸਵਾਲ ਦਾ ਉੱਤਰ ਅਦਾਲਤ ਦੇ ਵਿੱਚ ਜਮ੍ਹਾਂ ਕਰਵਾਉਣ ਵਾਸਤੇ ਕਿਹਾ ਗਿਆ। ਸੋ ਦੇਖਦੇ ਹਾਂ ਕਿ ਅਦਾਲਤ ਦੇ ਵਿੱਚ ਕੀ ਮੋੜ ਨਵਾਂ ਲੈ ਕੇ ਆਉਂਦੇ ਨੇ ਵੱਖ ਵੱਖ ਮਾਮਲੇ ਤੇ ਵੱਖ ਵੱਖ ਵਕੀਲ। ਉਸ ਤੋਂ ਅਗਲੀ ਗੱਲ ਇਹ ਹੈ
ਕਿ ਡੇਰਾ ਪ੍ਰੇਮੀ ਖਾਸ ਕਰਕੇ ਡੇਰੇ ਦੇ ਰਾਜਨੀਤਿਕ ਵਿੰਗ ਦੇ ਮੁਖੀ ਪ੍ਰਦੀਪ ਕਲੇਰ ਦੇ ਵੱਲੋਂ ਦਿੱਤੀ ਗਈ ਇੱਕ ਇੰਟਰਵਿਊ ਦੇ ਉੱਤੇ ਪੰਜਾਬ ਦੇ ਵਿੱਚ ਸਿਆਸੀ ਰੌਲਾ ਵੱਧ ਗਿਆ। ਇਸ ਇੰਟਰਵਿਊ ਦੇ ਵਿੱਚ ਪ੍ਰਦੀਪ ਕਲੇਰ ਦੇ ਵੱਲੋਂ ਇਹ ਗੱਲ ਕਹੀ ਗਈ ਹੈ ਕਿ ਸੁਖਬੀਰ ਸਿੰਘ ਬਾਦਲ ਰਾਤ ਦੇ ਹਨੇਰੇ ਵਿੱਚ ਚੋਰੀ ਚੋਰੀ ਡੇਰਾ ਸਿਰਸਾ ਮੁਖੀ ਨੂੰ ਮਿਲਣ ਜਾਂਦਾ ਸੀ, ਕਦੇ ਜੈਪੁਰ ਤੇ ਕਦੇ ਦਿੱਲੀ ਦੇ ਵੱਲ ਜਾਂਦਾ ਸੀ। ਹੁਣ ਇਸ ਗੱਲ ਦੇ ਉੱਤੇ ਪ੍ਰਦੀਪ ਕਲੇਰ ਨੂੰ ਆਧਾਰ ਬਣਾ ਕੇ ਵਿਰਸਾ ਸਿੰਘ ਬਟੂਹਾ ਗੁਰਪ੍ਰਤਾਪ ਸਿੰਘ ਵਡਾਲਾ ਉੱਤੇ ਤੇ ਵਡਾਲਾ ਸੁਖਬੀਰ ਸਿੰਘ ਬਾਦਲ ਦੇ ਉੱਤੇ ਸ਼ਬਦ ਕਵਾਰ ਕਰ ਰਹੇ ਨੇ। ਗੁਰਪ੍ਰਤਾਪ ਵਡਾਲਾ ਦਾ ਇਹ ਕਹਿਣਾ ਕਿ ਪ੍ਰਦੀਪ ਕਲੇਰ ਦੇ ਖੁਲਾਸਿਆਂ ਤੋਂ ਬਾਅਦ ਸੁਖਬੀਰ ਸਿੰਘ ਬਾਦਲ ਨੂੰ ਬਤੌਰ ਅਕਾਲੀ ਦਲ ਦਾ ਪ੍ਰਧਾਨ ਸਪਸ਼ਟੀਕਰਨ ਦੇਣਾ ਚਾਹੀਦਾ। ਦੂਜੇ ਪਾਸੇ ਵਿਰਸਾ ਸਿੰਘ ਬਟੂਹਾ ਦੇ ਵੱਲੋਂ ਵਡਾਲਾ ਨੂੰ ਘੇਰਦਿਆਂ ਗੱਲ ਕਹੀ ਗਈ ਹੈ ਕਿ ਤੁਸੀਂ ਰਾਜਨੀਤੀ ਵਿੱਚ ਇੰਨੇ ਨਾ ਗਿਰੋ, ਕਿਉਂਕਿ ਜਿਹੜੇ ਬੰਦੇ ਉੱਤੇ ਯਾਨੀ ਕਿ ਪ੍ਰਦੀਪ ਕਲੇਰ ਦੇ ਉੱਤੇ ਬੇਅਦਬੀ ਦੇ ਉੱਤੇ ਕਈ ਕਈ ਦੋਸ਼ ਲੱਗੇ, ਜਿਹੜੇ ਬੰਦੇ ਦੇ ਬਾਬਤ ਖ਼ਬਰਾਂ ਆਈਆਂ ਕਿ ਇਹਨੇ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਦੀ ਬੇਅਦਬੀ ਕੀਤੀ ਜਾਂ ਕਰਵਾਈ ਹੈ, ਅੱਜ ਤੁਸੀਂ ਉਸ ਦੇ ਪੱਖ ਦੇ ਵਿੱਚ ਖੜ ਕੇ ਤੇ ਸੁਖਬੀਰ ਸਿੰਘ ਬਾਦਲ ਨੂੰ ਸਵਾਲ ਕਰਦੇ ਹੋ, ਤੁਹਾਡਾ ਵਜੂਦ ਕੀ ਹੈ? ਸੋ ਕਹਿਣ ਦਾ ਭਾਵ ਇਹ ਕਿ ਪ੍ਰਦੀਪ ਕਲੇਰ ਦੇ ਖੁਲਾਸਿਆਂ ਤੋਂ ਬਾਅਦ ਲਗਾਤਾਰ ਚਰਚਾਵਾਂ ਦਾ ਬਾਜ਼ਾਰ ਗਰਮ ਹੈ ਕਿ ਕੀ ਅਕਾਲੀ ਦਲ ਦਾ ਹੋਰ ਨੁਕਸਾਨ ਹੋਵੇਗਾ ਜਾਂ ਨਹੀਂ। ਹਾਲਾਂਕਿ ਇਹ ਵੀ ਗੱਲ ਕਹਿਣੀ ਬਣਦੀ ਹੈ ਕਿ ਅਕਾਲੀ ਦਲ ਜਿਹੜੇ ਨੁਕਸਾਨ ਨੂੰ ਇਸ ਵੇਲੇ ਚੱਲ ਰਿਹਾ, ਇਸ ਤੋਂ ਅਗਲਾ ਨੁਕਸਾਨ ਹੋਣ ਦੀ ਕੋਈ ਸੰਭਾਵਨਾ ਹੀ ਨਹੀਂ। ਪਰ ਪ੍ਰਦੀਪ ਕਲੇਰ ਦੇ ਦਾਅਵਿਆਂ ਜਾਂ ਖੁਲਾਸਿਆਂ ਦੇ ਉੱਤੇ ਬਹੁਤਾ ਯਕੀਨ ਕਰਨ ਨੂੰ ਵੀ ਚਿੱਤ ਨਹੀਂ ਕਰਦਾ, ਕਿਉਂਕਿ ਸੁਖਬੀਰ ਸਿੰਘ ਬਾਦਲ ਡੇਰਾ ਮੁਖੀ ਨੂੰ ਮਿਲਦੇ ਸਨ, ਕਾਂਗਰਸ ਦੇ ਕਈ ਆਗੂ ਮਿਲਦੇ ਸਨ, ਕਈ ਹੋਰ ਸਿਆਸੀ ਪਾਰਟੀਆਂ ਦੇ ਆਗੂ ਮਿਲਦੇ ਰਹੇ ਨੇ। ਇਹ ਗੱਲ ਕਿਸੇ ਤੋਂ ਲੁਕੀ ਛੁਪੀ ਨਹੀਂ ਹੈ। ਸਾਰੇ ਜਾਣਦੇ ਕਿ ਵੋਟਾਂ ਦੀ ਖਾਤਰ ਸਾਰੀਆਂ ਸਿਆਸੀ ਪਾਰਟੀਆਂ ਦੇ ਆਗੂ ਵੱਖ ਵੱਖ ਡੇਰਿਆਂ ਵਿੱਚ ਜਾ ਕੇ ਨੱਕ ਰਗੜਦੇ ਨੇ, ਉਹਨਾਂ ਵਿੱਚ ਬਾਦਲ ਪਰਿਵਾਰ ਦੇ ਕੁਝ ਮੈਂਬਰ ਵੀ ਨੇ। ਸੋ ਜੇਕਰ ਪਹਿਲਾਂ ਹੀ ਪਤਾ ਸੀ ਕਿ ਬਾਦਲ ਪਰਿਵਾਰ ਜਾਂ ਹੋਰ ਵੱਖ ਵੱਖ ਸਿਆਸੀ ਆਗੂਆਂ ਦੇ ਵੱਲੋਂ ਡੇਰਾ ਸਿਰਸਾ ਮੁਖੀ ਦੀ ਚਾਕਰੀ ਕੀਤੀ ਜਾਂਦੀ ਸੀ ਜਾਂ ਚੌਂਕੀ ਭਰੀ ਜਾਂਦੀ ਸੀ, ਤਾਂ ਪ੍ਰਦੀਪ ਕਲੇਰ ਦੇ ਇਹਨਾਂ ਖੁਲਾਸਿਆਂ ਦੇ ਵਿੱਚ ਕੋਈ ਵੀ ਨਵੀਂ ਗੱਲ ਨਹੀਂ। ਹਾਂ, ਇਹ ਜ਼ਰੂਰ ਹੋ ਸਕਦਾ ਵੀ ਜੇਕਰ ਕਿਸੇ ਨੂੰ ਪਤਾ ਹੀ ਨਾ ਹੋਵੇ ਤੇ ਹੁਣ ਉਹਨੂੰ ਪ੍ਰਦੀਪ ਕਲੇਰ ਦੇ ਕਹੇ ਤੋਂ ਬਾਅਦ ਹੀ ਇਸ ਗੱਲ ਦਾ ਇਲਮ ਹੋਵੇ ਕਿ ਭਾਈ ਲੰਘੇ ਵੇਲੇ ਦੇ ਵਿੱਚ ਸੁਖਬੀਰ ਬਾਦਲ ਡੇਰਾ ਮੁਖੀ ਨੂੰ ਵੀ ਮਿਲਦਾ ਰਿਹਾ, ਤਾਂ ਇਹ ਗੱਲ ਜਾਗਰੂਕਤਾ ਵਾਲੀ ਜਾਂ ਜਾਣਕਾਰੀ ਵਾਲੀ ਮੰਨੀ ਜਾਵੇਗੀ। ਪਰ ਹੁਣ ਲੱਗਦਾ ਹੀ ਨਹੀਂ ਕਿ ਇਸ ਮਾਮਲੇ ਦੇ ਵਿੱਚ ਕੋਈ ਨਵੀਂ ਗੱਲ ਹੋਈ ਹੈ ਤੇ ਪ੍ਰਦੀਪ ਕਲੇਰ ਦੇ ਵੱਲੋਂ ਕਈ ਸਾਲਾਂ ਬਾਅਦ, ਲਗਭਗ 9-10 ਸਾਲਾਂ ਬਾਅਦ ਇਹਨਾਂ ਗੱਲਾਂ ਦਾ ਖੁਲਾਸਾ ਕਰਨਾ ਇੱਕ ਸ਼ੱਕ ਵੀ ਪੈਦਾ ਕਰਦਾ ਕਿ ਹੁਣ ਤਾਂ ਕਿਉਂ ਨਹੀਂ ਬੋਲੇ, ਤੇ ਜੇਕਰ ਹੁਣ ਬੋਲੇ ਆ ਤਾਂ ਇਹਦੇ ਪਿੱਛੇ ਵਜ੍ਹਾ ਕੀ ਆ, ਜੇਕਰ ਹੁਣ ਬੋਲੇ ਆ ਤਾਂ ਇਹਦੇ ਪਿੱਛੇ ਪ੍ਰੈਕਟੀਕਲ ਤੌਰ ਦੇ ਉੱਤੇ ਕਾਰਨ ਕਿਹੜੇ ਕਿਹੜੇ ਹੋ ਸਕਦੇ ਨੇ। ਸੋ ਵੇਲੇ ਦੀ ਨਮਾਜ਼ ਤੇ ਕੁਵੇਲੇ ਦੀਆਂ ਟੱਕਰਾਂ, ਜਿਵੇਂ ਕਿ ਸਵਿਆਣੇ ਇਹ ਗੱਲ ਕਹਿੰਦੇ ਨੇ, ਸੋ ਉਹੀ ਗੱਲ ਪ੍ਰਦੀਪ ਕਲੇਰ ਦੇ ਖੁਲਾਸਿਆਂ ਦੇ ਉੱਤੇ ਲਾਗੂ ਹੁੰਦੀ ਹੈ ਕਿ ਜਦੋਂ ਬੋਲਣਾ ਚਾਹੀਦਾ ਸੀ ਉਦੋਂ ਬੋਲੇ ਨਹੀਂ ਤੇ ਜਦੋਂ ਹੁਣ ਬੋਲਦੇ ਨੇ ਇਹਦੀ ਕੋਈ ਅਹਿਮੀਅਤ ਨਹੀਂ। ਸੋ ਅਕਾਲੀ ਦਲ ਜਿਹੜੇ ਹਾਲਾਤ ਨੂੰ ਅੱਜ ਪਹੁੰਚ ਚੁੱਕਿਆ, ਕੀ ਉਸ ਹਾਲਾਤ ਦੇ ਵਿੱਚ ਹੋਰ ਵਿਗਾੜ ਆਵੇਗਾ ਜਾਂ ਇਹ ਖ਼ਬਰ 2-4 ਦਿਨਾਂ ਦਾ ਇੱਕ ਘੜਮਸ ਬਣ ਕੇ ਰਹਿ ਜਾਵੇਗੀ, ਇਹ ਆਉਣ ਵਾਲੇ ਵਕਤ ਨੇ ਬਿਆਨ ਕਰਨਾ। ਇਸ ਤੋਂ ਇਲਾਵਾ ਜੇ ਅਗਲੀ ਗੱਲ ਕਰੀਏ ਤਾਂ ਪੰਜਾਬ ਦੀਆਂ 4 ਜ਼ਿਮਨੀ ਸੀਟਾਂ ਦੇ ਉੱਤੇ ਤਿਆਰੀਆਂ ਸਿਆਸੀ ਪਾਰਟੀਆਂ ਨੇ ਹੁਣੇ ਹੁਣੇ ਸ਼ੁਰੂ ਕਰ ਦਿੱਤੀਆਂ ਨੇ। ਲੰਘੇ ਕੱਲ ਬੀਜੇਪੀ ਦੇ ਕੁਝ ਨੇਤਾਵਾਂ ਨੇ ਇਹ ਗੱਲ ਕਹੀ ਹੈ ਕਿ ਅਸੀਂ ਫਲਾਣੀ ਸੀਟ ਦੇ ਉੱਤੇ ਦਾਅਵਾ ਪੇਸ਼ ਕਰ ਰਹੇ ਹਾਂ, ਖਾਸ ਕਰਕੇ ਡੇਰਾ ਬਾਬਾ ਨਾਨਕ ਵਾਲੀ ਸੀਟ ਦੇ ਉੱਤੇ। ਡੇਰਾ ਬਾਬਾ ਨਾਨਕ ਤੋਂ ਆਪਾਂ ਜਾਣਦੇ ਹਾਂ ਕਿ ਸੁਖਜਿੰਦਰ ਸਿੰਘ ਰੰਧਾਵਾ ਮੈਂਬਰ ਵਿਧਾਇਕ ਸਨ, ਉਹ ਹੁਣ ਗੁਰਦਾਸਪੁਰ ਦੇ ਮੈਂਬਰ ਪਾਰਲੀਮੈਂਟ ਬਣੇ ਨੇ, ਇਸ ਕਰਕੇ ਸੀਟ ਖਾਲੀ ਹੋਈ ਹੈ। ਉਧਰ ਗਿੱਦੜਬਾਹੇ ਵਾਲੀ ਸੀਟ ਖਾਲੀ ਹੋਈ ਹੈ, ਉਧਰ ਚੱਬੇਵਾਲ ਵਾਲੀ ਤੇ ਉਧਰ ਬਰਨਾਲੇ ਵਾਲੀ। ਇਹਨਾਂ 4 ਸੀਟਾਂ ਦੇ ਉੱਤੇ ਵੋਟਾਂ ਦਾ ਕੰਮ ਇਸੇ ਸਾਲ ਦੇ ਵਿੱਚ ਨਵੰਬਰ ਦਸੰਬਰ ਮਹੀਨੇ ਦੇ ਵਿੱਚ ਮੁਕੰਮਲ ਹੋਣ ਦੀ ਆਸ ਹੈ। ਸੋ ਆਸ ਕਰਦੇ ਹਾਂ ਕਿ ਉਸ ਵੇਲੇ ਤੱਕ ਪੰਜਾਬ ਦੇ ਰਾਜਨੀਤਿਕ ਲੋਕ ਖਾਸੀ ਡਰਾਮੇਬਾਜ਼ੀ ਕਰਨਗੇ ਤੇ ਇੱਕ ਦੂਜੇ ਦਾ ਪੈਰ ਮਿਦਣ ਤੋਂ ਲੈ ਕੇ
ਇੱਕ ਦੂਜੇ ਦੇ ਪੋਤੜੇ ਫਰੋੜਨ ਤੱਕ ਕੋਈ ਕਸਰ ਬਾਕੀ ਨਹੀਂ ਛੱਡਣਗੇ। ਸੋ ਇਹ ਪੰਜਾਬ ਦੀ ਰਾਜਨੀਤੀ ਦਾ ਇੱਕ ਦੁਖਦਾਈ ਪਹਿਲੂ ਆ ਕਿ ਚੋਣਾਂ ਦੇ ਚਾਅ ਦੇ ਵਿੱਚ ਆਪਣੇ ਫਰਜ਼ਾਂ ਦੀ ਪੂਰਤੀ ਕਰਨ ਤੋਂ ਮੁਨਕਰ ਹੋ ਜਾਂਦੇ ਨੇ। ਇਹ ਪੰਜਾਬ ਦੀ ਬਦਕਿਸਮਤੀ ਹੈ ਕਿ ਕਿਸ ਤਰੀਕੇ ਦੇ ਨਾਲ ਇੱਕ ਦੂਜੇ ਦਾ ਪੈਰ ਮਿਧਦਿਆਂ ਮਿਧਦਿਆਂ ਤੇ ਇੱਕ ਹੋਰ ਸੀਟ ਆਪਣੀ ਝੋਲੀ ਦੇ ਵਿੱਚ ਪਾਉਣ ਦੇ ਚੱਕਰ ਦੇ ਵਿੱਚ ਸਿਆਸੀ ਆਗੂ ਇਸ ਗੱਲ ਨੂੰ ਤਿਲਾਂਜਲੀ ਹੀ ਦੇ ਦਿੰਦੇ ਨੇ ਕਿ ਸਾਡੇ ਬਣਦੇ ਫਰਜ਼ ਕਿਹੜੇ ਨੇ। ਜਿਹੜੀਆਂ ਚੋਣਾਂ ਨਵੰਬਰ ਜਾਂ ਦਸੰਬਰ ਮਹੀਨੇ ਵਿੱਚ ਹੋਣੀਆਂ ਉਹਨਾਂ ਦਾ ਫਿਕਰ ਹੁਣ ਤੋਂ ਹੈ, ਪਰ ਜਿਹੜੇ ਮੁੱਦਿਆਂ ਦਾ ਫਿਕਰ ਕਰਨਾ ਚਾਹੀਦਾ ਉਹਨਾਂ ਦਾ ਫਿਕਰ ਇਸ ਵੇਲੇ ਕੋਈ ਵੀ ਨਹੀਂ ਕਰ ਰਿਹਾ। ਇਹ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡਾ ਸਵਾਲਾਂ ਦਾ ਸਵਾਲ ਹੈ ਕਿ ਕੀ ਪੰਜਾਬ ਦੀਆਂ ਸਿਆਸੀ ਪਾਰਟੀਆਂ ਸਿਰਫ ਚੋਣ ਜਿੱਤਣ ਵਾਸਤੇ ਹੀ ਮੈਦਾਨ ਦੇ ਵਿੱਚ ਆਉਂਦੀਆਂ, ਜਾਂ ਜਿੱਤਣ ਤੋਂ ਬਾਅਦ ਪੰਜਾਬ ਦੇ ਲੋਕਾਂ ਦੀ ਕਸਵੱਟੀ ਦੇ ਉੱਤੇ ਖਰੇ ਵੀ ਕਦੇ ਉਤਰਨਗੀਆਂ। ਕਿਉਂਕਿ ਇਹ ਗੱਲ ਬੜੀ ਸਾਫ਼ ਤੇ ਸਪਸ਼ਟ ਹੈ ਕਿ ਜੇਕਰ ਆਮ ਆਦਮੀ ਪਾਰਟੀ ਚਾਰਾਂ ਵਿੱਚੋਂ ਕੋਈ ਸੀਟ ਨਾ ਜਿੱਤੇ ਤਾਂ ਵੀ ਸਰਕਾਰ ਉਹਨਾਂ ਦੀ ਰਹਿਣੀ ਹੈ, ਤੇ ਜੇ ਮੰਨ ਲਓ ਕਾਂਗਰਸ, ਅਕਾਲੀ ਦਲ ਜਾਂ ਬੀਜੇਪੀ ਜਾਂ ਕੋਈ ਵੀ ਹੋਰ ਸਿਆਸੀ ਦਲ ਚਾਰੇ ਦੀਆਂ ਚਾਰੇ ਸੀਟਾਂ ਜਿੱਤ ਲਵੇ ਤਾਂ ਵੀ ਉਹਨਾਂ ਦੀ ਸਰਕਾਰ ਨਹੀਂ ਬਣਨੀ। ਸੋ ਇਸ ਹਾਲਾਤ ਦੇ ਵਿੱਚ ਜਦੋਂ ਆਮ ਆਦਮੀ ਪਾਰਟੀ ਦੇ ਕੋਲੇ 92 ਮੈਂਬਰ ਸਨ ਤੇ ਹੁਣ ਉਹਨਾਂ ਦੇ 4-5 ਬੇਸ਼ੱਕ ਘਟੇ ਵੀ ਆ ਲੋਕ ਸਭਾ ਦੀਆਂ ਪੌੜੀਆਂ ਚੜ੍ਹਨ ਕਰਕੇ, ਤਾਂ ਵੀ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਕੋਈ ਫਰਕ ਨਹੀਂ ਪੈਂਦਾ। ਪਰ ਸਿਆਸੀ ਚੋਣ ਮੇਲੇ ਦੇ ਚੱਕਰ ਦੇ ਵਿੱਚ ਸਾਰੀਆਂ ਸਿਆਸੀ ਪਾਰਟੀਆਂ ਤੇ ਖਾਸ ਕਰਕੇ ਪੰਜਾਬ ਦੇ ਲੋਕ ਵੀ ਆਪਣੇ ਫਰਜ਼ਾਂ ਤੋਂ ਮੁਨਕਰ ਹੁੰਦੇ ਜਾ ਰਹੇ ਨੇ। ਸੋ ਦੇਖਦੇ ਹਾਂ ਕਿ ਚਾਰ ਖੇਤਰਾਂ ਦੀਆਂ, ਚਾਰ ਵਿਧਾਨ ਸਭਾ ਸੀਟਾਂ ਦੀਆਂ ਚੋਣਾਂ ਦਾ ਕੀ ਬਣੇਗਾ ਤੇ ਇਹ ਕਦੋਂ ਹੋਣਗੀਆਂ। ਹਾਲਾਂਕਿ ਚੋਣ ਕਮਿਸ਼ਨ ਦੇ ਵੱਲੋਂ ਇਸ ਮਸਲੇ ਦੇ ਉੱਤੇ ਆਫੀਸ਼ੀਅਲ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ ਹੈ। ਹਾਲੇ ਤੱਕ ਰਸਮੀ ਤੌਰ ਦੇ ਉੱਤੇ ਚੋਣਾਂ ਦੀ ਤਰੀਕ ਦਾ ਐਲਾਨ ਨਹੀਂ ਹੋਇਆ, ਪਰ ਲਗਾਤਾਰ ਜਿਸ ਤਰੀਕੇ ਦੇ ਨਾਲ ਪੰਜਾਬ ਦੇ ਸਿਆਸੀ ਆਗੂ ਹੁਣ ਤੋਂ ਕਮਰ ਕੱਸੀ ਬੈਠੇ ਨੇ, ਉਹਦੇ ਤੋਂ ਬਾਅਦ ਇਹ ਲੱਗਦਾ ਕਿ ਐਤਕੀ ਮੁਕਾਬਲਾ ਚਾਰਾਂ ਥਾਵਾਂ ਦੇ ਉੱਤੇ ਘਮਸਾਨ ਵਾਲਾ ਹੋਏਗਾ। ਉਸ ਤੋਂ ਅਗਲੀ ਗੱਲ ਕਰੀਏ ਤਾਂ ਪੈਰਿਸ ਓਲੰਪਿਕ ਦੇ ਵਿੱਚ ਮੈਡਲਾਂ ਦਾ ਜ਼ਿਕਰ ਹੈ। ਪੈਰਿਸ ਓਲੰਪਿਕ ਦੇ ਵਿੱਚ ਭਾਰਤ ਦੇ ਖਿਡਾਰੀ ਮੈਡਲਾਂ ਦੇ ਵਿੱਚ ਹਾਲੇ ਤੱਕ ਉਸ ਰੂਪ ਦੇ ਵਿੱਚ ਪ੍ਰਦਰਸ਼ਨ ਨਹੀਂ ਕਰ ਸਕੇ ਜਿਸ ਗੱਲ ਦੀ ਆਪਾਂ ਆਸ ਕਰਦੇ ਹਾਂ। ਸੋ ਬਹੁਤ ਸਾਰੇ ਲੋਕਾਂ ਦੇ ਵੱਲੋਂ ਇਸ ਗੱਲੋਂ ਕ੍ਰਿਟੀਸਾਈਜ਼ ਕੀਤਾ ਜਾ ਰਿਹਾ ਕਿ ਪੈਰਿਸ ਦੇ ਵਿੱਚ ਸਾਡੇ ਭਾਰਤੀ ਖਿਡਾਰੀ ਉਹੋ ਜਿਹਾ ਪ੍ਰਦਰਸ਼ਨ ਕਿਉਂ ਨਹੀਂ ਕਰ ਸਕੇ। ਹਾਲਾਂਕਿ ਹੁਣੇ ਇਸ ਮੋੜ ਦੇ ਉੱਤੇ ਭਾਰਤੀ ਖਿਡਾਰੀਆਂ ਬਾਰੇ ਕੋਈ ਨਾਂਵਾਚਕ ਟਿੱਪਣੀ ਕਰਨੀ ਇਹ ਗੱਲ ਸਹੀ ਨਹੀਂ ਹੋਏਗੀ, ਪਰ ਇੰਨੀ ਗੱਲ ਜ਼ਰੂਰ ਹੈ ਕਿ ਸਾਡੇ ਦੇਸ਼ ਦੇ ਖਿਡਾਰੀਆਂ ਨੂੰ ਸਹੂਲਤਾਂ ਦੇ ਨਾਂ ਦੇ ਉੱਤੇ ਸਿਰਫ ਤੇ ਸਿਰਫ ਖਾਣਾ ਪੂਰਤੀ ਮਿਲਦੀ ਹੈ, ਜਦਕਿ ਅਮਰੀਕਾ, ਆਸਟ੍ਰੇਲੀਆ, ਚੀਨ ਤੇ ਦੁਨੀਆਂ ਭਰ ਦੇ ਹੋਰ ਵਿਕਸਿਤ ਦੇਸ਼ ਜਿਨ੍ਹਾਂ ਨੇ ਖੇਡਾਂ ਦੇ ਖੇਤਰ ਦੇ ਵਿੱਚ ਬਹੁਤ ਵੱਡਾ ਨਾਮਣਾ ਖੱਟਿਆ ਉਹ ਆਪਣੇ ਖਿਡਾਰੀਆਂ ਨੂੰ ਗੱਫੇ ਦੇਣ ਤੋਂ ਗੁਰੇਜ਼ ਨਹੀਂ ਕਰਦੇ। ਤੇ ਭਾਰਤ ਦੇ ਵਿੱਚ ਖਿਡਾਰੀ ਦੇ ਜਿੱਤਣ ਤੋਂ ਬਾਅਦ ਤਾਂ ਗੱਫੇ ਮਿਲ ਜਾਂਦੇ ਨੇ, ਪਰ ਤਿਆਰੀ ਵਾਸਤੇ ਉਹ ਚੀਜ਼ ਨਹੀਂ ਮਿਲਦੀ ਜਿਹਦੇ ਕਰਕੇ ਅੱਜ ਵਾਲੀ ਸਥਿਤੀ ਪੈਦਾ ਹੋ ਰਹੀ ਆ। ਹਾਲਾਂਕਿ ਅਸੀਂ ਇਸ ਗੱਲ ਦੀ ਆਸ ਕਰਦੇ ਹਾਂ ਕਿ ਭਾਰਤ ਦੀ ਝੋਲੀ ਦੇ ਵਿੱਚ ਵੱਖ ਵੱਖ ਖੇਡਾਂ ਦੇ ਵਿੱਚ ਕਈ ਹੋਰ ਮੈਡਲ ਪੈਣਗੇ, ਪਰ ਸ਼ੁਰੂਆਤੀ ਦੌਰ ਦੇ ਵਿੱਚ ਸਿਰਫ 2 ਮੈਡਲ ਝੋਲੀ ਦੇ ਵਿੱਚ ਪਏ ਨੇ, ਉਹਦੇ ਵਿੱਚ ਦੋਵੇਂ ਮਨੂ ਭਾਕਰ ਦੇ ਨੇ ਤੇ ਮਨੂ ਭਾਕਰ ਦੇ ਨਾਲ ਦੂਜੇ ਮੈਡਲ ਦੇ ਵਿੱਚ ਕਾਂਸੇ ਦੇ ਮੈਡਲ ਦੇ ਵਿੱਚ ਸਰਬਜੋਤ ਸਿੰਘ ਦੇ ਵੱਲੋਂ ਵੀ ਯੋਗਦਾਨ ਪਾਇਆ ਗਿਆ। ਸੋ ਭਾਰਤ ਦੇ ਲਈ ਸਭ ਨੂੰ ਆਸ ਕਰਨੀ ਚਾਹੀਦੀ ਹੈ ਤੇ ਅਰਦਾਸ ਕਰਨੀ ਚਾਹੀਦੀ ਹੈ ਕਿ ਭਾਰਤ ਦੇ ਖਿਡਾਰੀ ਸਭ ਕੁਝ ਜਰਦੇ ਹੋਏ ਜੋ ਕਿ ਪੈਰਿਸ ਓਲੰਪਿਕ ਦੇ ਵਿੱਚ ਪਹੁੰਚਣ ਚ ਕਾਮਯਾਬ ਹੋਏ ਨੇ ਉਹ ਵੱਖ ਵੱਖ ਖੇਡਾਂ ਦੇ ਵਿੱਚ ਬੱਲੇ ਬੱਲੇ ਕਰਵਾ ਕੇ ਮੁੜਨ। ਤੇ ਜੇ ਪੰਜਾਬ ਦੇ ਮੌਸਮ ਦੀ ਹਾਲ ਬਿਆਨੀ ਇੱਕ ਵਾਰ ਫੇਰ ਕਰੀਏ ਤਾਂ ਪੰਜਾਬ ਦੇ ਵਿੱਚ ਮੀਂਹ ਕਣੀ ਦੀ ਸੰਭਾਵਨਾ ਬਣ ਗਈ ਹੈ। ਪੰਜਾਬ ਦੇ ਵਿੱਚ ਇਸ ਵੇਲੇ ਤੱਕ ਦੀਆਂ ਤਾਜ਼ਾ ਖ਼ਬਰਾਂ ਮੁਤਾਬਕ ਤਪਸ਼ ਦੇ ਵਿੱਚ ਕੁਝ ਹੱਦ ਤੱਕ ਗਿਰਾਵਟ ਆਈ ਹੈ, ਪਰ ਪੰਜਾਬ ਦੇ ਵਿੱਚ ਐਤਕੀ ਓਨੇ ਮੀਂਹ ਹਾਲੇ ਤੱਕ ਨਹੀਂ ਪਏ ਜਿਵੇਂ ਕਿ ਆਮ ਤੌਰ ਦੇ ਉੱਤੇ ਸਾਉਣ ਤੇ ਭਾਦੋ ਦੇ ਮਹੀਨੇ ਵਿੱਚ ਪੈਂਦੇ ਹੁੰਦੇ ਨੇ। ਆਮ ਤੌਰ ਦੇ ਉੱਤੇ ਇਹਨਾਂ ਮਹੀਨਿਆਂ ਦੇ ਵਿੱਚ
ਤੇ ਲੋਕਾਂ ਦਾ ਜਾਨੀ ਤੇ ਮਾਲੀ ਨੁਕਸਾਨ ਕਾਫੀ ਹੋ ਜਾਂਦਾ ਲੰਘੇ ਵਾਲਿਆਂ ਦੇ ਵਿੱਚ। ਪਰ ਐਤਕੀ ਕੋਈ ਖਬਰ ਹਾਲੇ ਤੱਕ ਮੁਕੰਮਲ ਨਹੀਂ ਆਈ ਤੇ ਅਸੀਂ ਇਸ ਗੱਲ ਦੀ ਅਰਦਾਸ ਕਰਦੇ ਹਾਂ ਕਿ ਸਭ ਕੁਝ ਠੀਕ ਰਹੇ ਤੇ ਚੜ੍ਹਦੀ ਕਲਾ ਦੇ ਵਿੱਚ ਰਹੇ। ਪਰ ਵੇਖਦੇ ਹਾਂ ਭਾਈ, ਮੌਸਮ ਵਿਭਾਗ ਦੇ ਵੱਲੋਂ ਜਿਹੜਾ ਅੰਦਾਜ਼ਾ ਪੇਸ਼ ਕੀਤਾ ਗਿਆ ਕਿ ਆਉਂਦੇ 72 ਘੰਟਿਆਂ ਦੇ ਵਿੱਚ ਪੰਜਾਬ ਦੇ ਵਿੱਚ ਇੱਕ ਵਾਰ ਫਿਰ ਮੀਂਹ ਪੈਣ ਦੀ ਪੂਰੀ ਪੂਰੀ ਸੰਭਾਵਨਾ, ਇਹ ਅੰਦਾਜ਼ਾ ਕਿੰਨਾ ਕੁ ਸਹੀ ਸਾਬਤ ਹੁੰਦਾ ਜਾਂ ਇਹ ਇੱਕ ਟੁੱਲ ਤੋਂ ਵੱਧ ਕੇ ਹੋਰ ਕੋਈ ਗੱਲ ਨਹੀਂ? ਸੋ ਜਾਣਕਾਰੀਆਂ ਕੁਝ ਹੋਰ ਵੀ ਸਨ ਦੋਸਤੋ, ਪਰ ਜੋ ਵਕਤ ਦੀ ਘਾਟ ਹੈ ਰੁਕਣ ਦਾ ਇਸ਼ਾਰਾ ਕਰ ਰਹੀ ਹੈ। ਕੱਲ ਨੂੰ ਇਸੇ ਵੇਲੇ ਪੰਜਾਬ ਤੇ ਦੇਸ਼ ਦੁਨੀਆਂ ਦੀਆਂ ਖਬਰਾਂ ਦਾ ਸੈਗਮੈਂਟ ਲੈ ਕੇ ਅਸੀਂ ਫਿਰ ਹਾਜ਼ਰ ਹੋਵਾਂਗੇ। ਉਦੋਂ ਤੱਕ ਲਈ ਸਾਨੂੰ ਦਿਓ ਆਗਿਆ, ਬਹੁਤ ਬਹੁਤ ਧੰਨਵਾਦ।